ਜੀ ਸਾਰਿਆਂ ਨੂੰ ਅੱਜ ਮੈਂ ਕੈਨੇਡਾ ਦੇ ਵੀਜ਼ੇ ਦੇ ਨਾਲ ਤੁਹਾਡੇ ਅੱਗੇ ਖੜਾ ਹਾਂ। ਮੇਰਾ ਨਾਮ ਗੌਰਵ ਮੈਦਾਨ ਹੈ ਜੀ, ਮੈਂ ਜ਼ਿਲ੍ਹਾ ਫਿਰੋਜ਼ਪੁਰ ਸਿਟੀ ਮੱਖੂ ਤੋਂ ਬਿਲੋਂਗ ਕਰਦਾ ਹਾਂ। ਅੱਜ ESS ਗਲੋਬਲ ਜਿਹੜਾ ਕਿ ਇੱਕ ਬ੍ਰੈਂਡ ਨੇਮ ਬਣਿਆ ਹੋਇਆ ਜੀ ਵੀਜ਼ਾ ਦੇ ਵਿੱਚ, ਸਕਸੈਸ ਦੇ ਵਿੱਚ 100% ਸਕਸੈਸ ਰੇਟ ਹੈ ਜੀ ਇਸਦਾ। ਅਤੇ ਅੱਜ ਮੈਂ ਆਪਣੇ ਵੀਜ਼ਾ ਦੇ ਨਾਲ ਤੁਹਾਨੂੰ ਸਾਰਿਆਂ ਦੇ ਅੱਗੇ ਇੱਕ ਫੇਲੀਅਰ ਬੰਦਾ ਜਿਹੜਾ ਦੋ ਵਾਰ ਰਿਫਿਊਜ਼ਲ ਹੋਇਆ ਆਸਟ੍ਰੇਲੀਆ ਦੇ ਵਿੱਚੋਂ, ਕੈਨੇਡਾ ਦੇ ਵਿੱਚੋਂ ਦੋ ਵਾਰੀ ਰਿਫਿਊਜ਼ਲ ਤੋਂ ਬਾਅਦ ਤੀਸਰੀ ਵਾਰ ਇਸੇ ਉਮੀਦ ਨਾਲ ਆਇਆ ਕਿ ਵਿਰਿੰਦਰ ਭੱਟੀ ਜੀ ਦੀ ਜਿਹੜੀ ਇਹ ਬ੍ਰੈਂਡ ਨੇ ESS ਗਲੋਬਲ ਹੈ ਜੀ, ਉਹ ਕਦੀ ਖਾਲੀ ਨਹੀਂ ਮੁੜਦਾ ਇੱਥੋਂ ਬੰਦਾ। ਅਤੇ ਅੱਜ ਮੈਂ ਆਪਣੀ ਸਕਸੈਸ ਦੇ ਨਾਲ ਇਹ ਵੀਜ਼ਾ ਦੇ ਨਾਲ ਇੱਥੋਂ ਬੜੀ ਖੁਸ਼ੀ ਦੇ ਨਾਲ ਚੱਲਿਆ ਮੈਂ। ਅਤੇ ਤੁਹਾਨੂੰ ਵੀ ਸਾਰਿਆਂ ਨੂੰ ਇਹੀ, ਜਿਹੜੇ ਥੱਕ ਹਾਰ ਕੇ ਬੈਠ ਗਏ ਨੇ ਘਰੇ, ਕਿ ਜਿਹੜੇ ਕਹਿ ਰਹੇ ਨੇ ਕਿ ਮੇਰਾ ਵੀਜ਼ਾ ਨਹੀਂ ਆਇਆ, ਰਿਫਿਊਜ਼ਲ ਆ ਗਈ ਇੱਕ ਵਾਰੀ ਆ ਗਈ ਦੋ ਵਾਰ ਆ ਗਈ, ਮੈਂ ਕਹਿੰਦਾ ਟਰਾਈ ਕਰੋ ਚੰਗੇ ਏਜੰਟ ਕੋਲ ਜਾਓ ਜਿਹੜੇ ਕਿ ਤੁਹਾਡੇ 'ਤੇ ਪੈਮਾਨਿਆਂ 'ਤੇ ਖਰੇ ਉਤਰਨ। ਅਤੇ ਇੱਕ ਨਾਮ ਹੈ ਜਿਹੜਾ ਜਿਹਨੂੰ ਮੈਂ ਪਰਖਿਆ ਹੋਇਆ, ਜਿਹਨੂੰ ਮੈਂ ਖੜਕਾ ਕੇ ਵੇਖਿਆ, ਸਾਰਾ ਕੁਛ ਦੇਖਿਆ, ਇਹਨਾਂ ਦਾ ਫੈਕਲਟੀ ਵਗੈਰਾ ਦੇਖੀ, ਜਿਨ੍ਹਾਂ ਨੇ ਮੇਰਾ ਬੜਾ ਹੀ ਸਾਥ ਦਿੱਤਾ ਇਸ ਵਾਰੀ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਉਮੀਦ ਨਾਲ ਕਹਿੰਦਾ ਕਿ ਇੱਥੇ ਆਓ, ਆਪਦਾ ਵੀਜ਼ਾ ਵਗੈਰਾ ਲਾਓ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਕਦੇ ਵੀ ਨਿਰਾਸ਼ ਨਹੀਂ ਇੱਥੋਂ ਜਾਓਗੇ। ਜਿਸ ਤਰ੍ਹਾਂ ਮੈਂ ਵੀਜ਼ਾ ਲੈ ਕੇ ਖੜਾ ਹਾਂ, ਆਉਂਦਾ ਪਾਸਪੋਰਟ ਮੇਰੇ ਹੱਥ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਕੈਨੇਡਾ ਦਾ ਵੀਜ਼ਾ ਮੇਰੇ ਕੋਲ ਆਇਆ। ਇਸੇ ਤਰ੍ਹਾਂ ਤੁਸੀਂ ਮੇਰੀ ਜਗ੍ਹਾ ਇੱਕ ਦਿਨ ਖੜੇ ਹੋਵੋਗੇ। ਅਤੇ ਇਸੇ ਆਸ ਨਾਲ, ਇਸੇ ਉਮੀਦ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਹਾਂ।